ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ 'ਤੇ ਇੱਕ ਵਾਰ ਫਿਰ। ਇਹ ਦੇਖੋ ਠੰਡ ਨੇ ਕਿਸ ਤਰ੍ਹਾਂ ਦੇ ਹਾਲਾਤ ਬਣਾਏ ਹੋਏ ਆ। ਪੂਰਾ ਦਿਨ ਕਿਤੇ ਸੂਰਜ ਦਾ ਕੋਈ ਨਾਮੋ ਨਿਸ਼ਾਨ ਨਹੀਂ, ਇਹ ਸਵੇਰ ਦੇ ਵੇਲੇ ਦਾ ਹੈ ਅਤੇ ਸਾਰਾ ਦਿਨ ਧੁੱਦ ਪਈ ਰਹਿੰਦੀ ਇਸੇ ਤਰ੍ਹਾਂ, ਅਤੇ ਬਹੁਤ ਮੁਸ਼ਕਿਲ ਹੋਈ ਪਈ ਹੈ ਲੋਕਾਂ ਨੂੰ। ਇਸ ਠੰਡੇ ਮੌਸਮ ਦੇ ਵਿੱਚ ਇਹ ਸ਼ਾਮ ਦਾ ਹੈ, 3-4 ਵਜੇ ਤੱਕ ਵੀ ਠੰਡ ਵਿੱਚ ਕੋਈ ਤਬਦੀਲੀ ਨਹੀਂ ਹੋਈ। ਹਾਂ, ਥੋੜ੍ਹੀ ਬਹੁਤੀ ਧੁੰਦ ਜ਼ਰੂਰ ਘੱਟ ਗਈ ਅਤੇ ਸ਼ਾਮ ਨੂੰ ਫਿਰ ਉਹੀ ਹਾਲਾਤ ਹੋ ਜਾਂਦੇ ਆ। ਅਜਿਹੇ ਦੇ ਵਿੱਚ ਪਸ਼ੂ ਪੰਛੀ ਬਨਸਪਤੀ ਇਨਸਾਨ ਹਰ ਇੱਕ ਲਈ ਬਹੁਤ ਔਖਾ ਹੋਇਆ। ਇੱਕ ਥਾਂ 'ਤੇ ਟਿਕ ਕੇ ਬੈਠਣਾ ਇੱਦਾਂ ਦੇ 'ਚ ਬਹੁਤ ਔਖਾ ਹੋ ਜਾਂਦਾ। ਸਾਡੇ ਲੋਕ ਵੀ ਕਈ ਦਿਨਾਂ ਤੋਂ ਕਹਿ ਰਹੇ ਸੀ ਕਿ ਠੰਡ ਨਹੀਂ ਪੈ ਰਹੀ, ਠੰਡ ਨਹੀਂ ਪੈ ਰਹੀ, ਅਤੇ ਜਦੋਂ ਹੁਣ ਠੰਡ ਨੇ ਰੰਗ ਦਿਖਾਉਣੇ ਸ਼ੁਰੂ ਕੀਤੇ, ਇਹ ਤਾਂ ਹੁਣ ਕੰਮਕਾਰ ਵਾਲੇ ਲੋਕਾਂ ਨੂੰ ਹੀ ਪਤਾ ਹੈ, ਕਿਉਂਕਿ ਇੱਦਾਂ ਦੇ ਮੌਸਮ ਵਿੱਚ ਪਸ਼ੂ ਪਾ ਦੇਖਣਾ, ਸਾਂਭਣਾ ਅਤੇ ਪੱਠੇ ਵਗੈਰਾ ਲੈ ਕੇ ਆਉਣੇ, ਕਿਉਂਕਿ ਉਹ ਸਾਰਾ ਦਿਨ ਤਰੇਲ ਨਾਲ ਸੁੱਕਦੇ ਨਹੀਂ। ਜਿਹੜਾ ਕੰਮ 1-1.5 ਘੰਟੇ 'ਚ ਹੋ ਜਾਂਦਾ ਸੀ ਉਹਨੂੰ ਅੱਧੀ ਦਿਹਾੜੀ ਲੱਗ ਜਾਂਦੀ ਹੈ, ਅਤੇ ਵੈਸੇ ਵੀ ਬੈਠੇ ਰਹਿਣਾ ਸਾਡਾ ਲੋਕਾਂ ਦਾ ਸੁਭਾਅ ਨਹੀਂ ਹੈਗਾ। ਅਤੇ ਆਪਾਂ ਨਾ ਇਹ ਆਪਣੀਆਂ ਗਾਜਰਾਂ ਬੀਜੀਆਂ ਸੀ, ਉਹਨਾਂ ਨੂੰ ਪੱਟ ਕੇ ਉਹਦਾ ਕੁਛ ਬਣਾਉਂਦੇ ਹਾਂ। ਇਹ ਆਪਾਂ ਗਾਜਰਾਂ ਲਾਈਆਂ ਸੀ ਘਰ ਵਿੱਚ, ਇਹਨਾਂ ਵਿੱਚੋਂ ਬਿਲਕੁਲ ਥੋੜ੍ਹੀ ਜਿਹੀ ਮਾਤਰਾ ਦੇ ਵਿੱਚ ਵੱਡੀਆਂ ਵੱਡੀਆਂ ਜਿਹੜੀਆਂ ਹੋਊਗੀਆਂ ਉਹ ਆਪਾਂ ਪੱਟ ਕੇ ਅਤੇ ਤੁਹਾਡੇ ਨਾਲ ਕੁਛ ਸ਼ੇਅਰ ਕਰਦੇ। ਅਤੇ ਲਓ ਆਪਾਂ ਨੇ ਗਾਜਰਾਂ ਲਿਆ ਕੇ ਧੋ ਕੇ ਉਹਨਾਂ ਨੂੰ ਛਿੱਲਿਆ, ਕਿਉਂਕਿ ਅੱਜ ਕੱਲ੍ਹ ਠੰਡ ਕਰਕੇ ਹੋਰ ਕੋਈ ਕੰਮ ਕਾਰ ਬਹੁਤ ਘੱਟ ਹੋ ਰਹੇ ਆ। ਤੇ ਹੱਥ ਪੈਰ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੇ, ਜੇ ਪੱਠੇ ਵਗੈਰਾ ਵੀ ਵੱਢਦੇ ਆ ਤਾਂ ਸਾਰਾ ਦਿਨ ਤਰੇਲ ਨਹੀਂ ਉਤਰਦੀ। ਤੇ ਇਹਨਾਂ ਨੂੰ ਆਪਾਂ ਨੇ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ।
ਅਤੇ ਇਸ ਤੋਂ ਬਾਅਦ ਆਪਾਂ ਨੇ ਇਹ ਗੈਸ ਔਨ ਕਰਕੇ ਇਹਨਾਂ ਨੂੰ ਕੁੱਕਰ ਦੇ ਵਿੱਚ ਪਾ ਕੇ ਉੱਪਰੋਂ ਢੱਕਣ ਲਗਾ ਦਿੱਤਾ। ਅਤੇ ਦੋ ਤਿੰਨ ਸੀਟੀਆਂ ਲਵਾਈਆਂ। ਅਤੇ ਲਓ ਇਸ ਨੂੰ ਖੋਲ੍ਹਣ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਥੋੜ੍ਹਾ ਬਰੀਕ ਕੀਤਾ ਕਿਉਂਕਿ ਉਹ ਫਿਸ ਚੁੱਕੀ ਹੈ ਪੂਰੀ ਤਰ੍ਹਾਂ ਭਾਫ ਨਾਲ। ਅਤੇ ਇਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਇਹ ਡਰਾਈ ਮਿਲਕ ਮਿਕਸ ਕੀਤਾ। ਅਤੇ ਇਸ ਨੂੰ ਸਵਾਰ ਕੇ ਰਲਾ ਦਿੱਤਾ। ਅਤੇ ਲੋੜ ਅਨੁਸਾਰ ਇਹਦੇ ਵਿੱਚ ਆਪਾਂ ਸ਼ੂਗਰ ਥੋੜ੍ਹਾ ਜਿਹਾ ਬਹੁਤਾ ਜਿੰਨਾ ਕੁ ਮਿੱਠਾ ਰੱਖਣਾ ਹੋਵੇ ਉਹਦੇ ਅਨੁਸਾਰ ਪਾ ਸਕਦੇ ਹਾਂ। ਅਤੇ ਲਓ ਇੱਕ ਸੌਖੀ ਅਤੇ ਆਸਾਨ ਰੈਸਪੀ ਬਣ ਕੇ ਤਿਆਰ ਆ ਕੁਝ ਮਿੰਟਾਂ ਦੇ ਵਿੱਚ ਹੀ। ਕੋਈ ਬਹੁਤ ਲੰਮਾ ਚੌੜਾ ਪ੍ਰੋਸੈਸ ਵੀ ਨਹੀਂ ਹੈਗਾ, ਆਸਾਨੀ ਨਾਲ ਤਿਆਰ ਕੀਤੀ ਜਾ ਸਕਦੀ ਹੈ। ਇਹੋ ਜਿਹੀਆਂ ਹੋਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ। ਅਜਿਹੀ ਹੋਰ ਕਿਸੇ ਜਾਣਕਾਰੀ ਦੇ ਨਾਲ ਤੁਹਾਨੂੰ ਜਲਦੀ ਫੇਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।